पता नहीं कैसा है ओके कुचाए कुचाए इश्क जर्रे जैसे सदा देते हैं मेरी हालत ये है कुचाए इश्क जर्रे जैसे सदा देते हैं गर्जित पे आए तो सितारों को बुझा देते हैं तो मैं हम दरख्वास्त कर रहे हैं मेरे बहुत मुखलिस और अच्छे दोस्त नाम अशरफ मुखलिस साहब हूँ वो बड़े तंग हुए फिर दे में तो मेरा ख्याल है उन्होंने डिवोर्स करो फिर दे आ जाओ मारा इतना पहला कि मैं सीधा भी बुलावा चमला जी बुलावा तो तो आ जाओ बुलाओ जी बुलाओ सब नु बड़ी मेहरबानी राय साहब सब तो पहले असी तानु सारे दिल दी गहराइयां नाल हैप्पी बर्थडे कहने तुसी साडा मान हो तरान हो तुसी पंजाबी दा भी मान हो हिंदी दा भी मान हो उर्दू दा भी मान हो ਸਾਡੀ ਜਾਨ ਨਹੀਂ ਹੋ ਆਲ ਦੀ ਹੋਲ ਆਈ ਐਮ ਅ ਸਟੂਡੈਂਟ ਆਫ ਲਿਟਰੇਚਰ ਦੈਟਸ ਇਟ ਤੇ ਰਾਹੀ ਸਾਹਿਬ ਵਾਸਤੇ ਕੁਝ ਵੀ ਕਹਿਣਾ ਇਹਨਾਂ ਨੂੰ ਸੂਰਜ ਨੂੰ ਚੰਨ ਵਖਾਣ ਦੇ ਕਾਬਲ ਹੈ ਹਾਂਜੀ ਫਿਰ ਇਸ ਵਾਸਤੇ ਇਹਨਾਂ ਦੇ ਬਾਰੇ ਕੁਝ ਕਹਿਣਾ ਮੈਂ ਸਮਝਣਾ ਕਿ ਅਸੀਂ ਨਾ ਹੀ ਕਹੀਏ ਤਾਂ ਜ਼ਿਆਦਾ ਮੁਨਾਸਿਬ ਹੈ ਕਿਉਂਕਿ ਤੁਸੀਂ ਸਾਰੇ ਜਾਣਦੇ ਹੋ ਰਾਹੀ ਸਾਹਿਬ ਨੂੰ ਮੈਂ ਵੀ ਜਾਣਦਾ ਇਹਨਾਂ ਦੀ ਉਮਰ 80 ਸਾਲ ਹਾਲੀ ਹੋਰ ਸਾਨੂੰ ਚਾਹੀਦੇ ਨੇ 80 ਸਾਲ ਇਹਨਾਂ ਦੇ ਕੰਮ ਬੜੇ ਸਾਰੇ ਰਹਿੰਦੇ ਆ ਅਤੇ ਰੱਬ ਕਰੇ ਕਿ ਇਹ ਬਹੁਤ ਲੰਬੀ ਉਮਰ ਪਾਉਣ ਜੀ ਅਤੇ ਮੈਂ ਅਤੇ ਇਹ ਮਹਿਸੂਸ ਕਰਨਾ ਕਿ ਕਦੀ ਇਹ ਫੈਜ਼ ਦੇ ਸਾਥੀ ਹਾਂਜੀ ਕਦੀ ਉਹ ਫੈਜ਼ ਦੇ ਸਾਥੀ ਕਦੀ ਇਕਬਾਲ ਦੇ ਰਾਹੀ ਜੇ ਸਾਡੇ ਨਾਲ ਉਹ ਬੈਠੇ ਅਤੇ ਸਾਡੇ ਨਾਲ ਦੇ ਰਾਹੀ ਹਾਂਜੀ ਕਦੀ ਇਹ ਫੈਜ਼ ਦੇ ਸਾਥੀ ਕਦੀ ਇਕਬਾਲ ਦੇ ਰਾਹੀ ਜੇ ਸਾਡੇ ਨਾਲ ਉਹ ਬੈਠਣ ਅਤੇ ਸਾਡੇ ਨਾਲ ਦੇ ਰਾਹੀ ਅਜੇ ਤੇ ਅਗਲੇ ਦਿਨ ਦੀ ਗੱਲ ਜੇ ਕਿ ਰਿੜਦੇ ਫਿੜਦੇ ਸਨ ਮੈਂ ਦੇਖਿਆ ਜੀ ਜ਼ਮਾਨਾ ਦੇਖਿਆ ਹਿਸਟਰੀ ਦੇਖੀ ਹੈ ਸਭ ਦੇਖਦੇ ਆ ਕਿ ਅਜੇ ਤੇ ਅਗਲੇ ਦਿਨ ਦੀ ਗੱਲ ਜੇ ਇਹ ਰਿੜਦੇ ਫਿਰਦੇ ਸਨ ਬੜੀ ਛੇਤੀ ਤੁਸੀਂ ਹੋ ਗਏ ਹੋ 80 ਸਾਲ ਦੇ ਰਾਹੀ ਹਾਂਜੀ ਬੜੀ ਛੇਤੀ ਵਕਤ ਲੰਘਦਿਆਂ ਪਤਾ ਨਹੀਂ ਲੱਗਦਾ ਇਨਸਾਨ ਜਦੋਂ ਹੁੰਦਾ ਛੋਟਾ ਜਿਹਾ ਬੱਚਾ ਹੀ ਹੁੰਦਾ ਉਹ ਹੀ ਬੱਚਾ ਤੁਸੀਂ ਦੇਖੋ ਅਤੇ ਅੱਜ 80 ਸਾਲ ਦਾ ਜਵਾਨ ਬੰਦਾ ਹੋਇਆ ਰਾਹੀ ਸਾਹਿਬ ਤੁਸੀਂ ਸਦਾ ਜਿਉਂਦੇ ਰਹਿਣਾ ਤੁਸੀਂ ਜੋ ਲਿਖ ਕੇ ਚੱਲੇ ਹੋ ਆਪਣੀਆਂ ਲਿਖਤਾਂ ਰਾਹੀਂ ਤੁਸੀਂ ਹਮੇਸ਼ ਜਿੰਦਾ ਹੋ ਹਾਂਜੀ ਸਾਡੇ ਦਿਲ 'ਚ ਅੱਜ ਵੀ ਜਿੰਦਾ ਹੋ ਕੱਲ੍ਹ ਵੀ ਜਿੰਦਾ ਹੋ ਆਉਣ ਵਾਲੇ ਵਕਤ 'ਚ ਹਮੇਸ਼ਾ ਜਿੰਦਾ ਹੋ ਅਤੇ ਜਿੰਦੇ ਰਹੋ ਥੈਂਕ ਯੂ ਮੈਂ ਹੁਣ ਦਰਖਾਸਤ ਕਰ ਰਿਹਾ ਆਪਣੇ ਬਹੁਤ ਪਿਆਰੇ ਮਿੱਤਰ ਸ਼੍ਰੀ ਚਮਨ ਲਾਲ ਜੀ ਚਮਨ ਨਾਲ ਗੱਲਬਾਤ ਕਰਨੀ ਚਾਹੁੰਦਾ ਹਾਂ